ਗੰਡਲਾਂ ਦਾ ਸਾਗ ਤੇ ਮੱਖਣ ਮਕਈ ਸੁਆਂਜਣਾ ਔਰ ਗੁੜ ਇੱਕ ਸਾਡੀ ਪਹਿਚਾਣ ਹੈ ਸਾਡੀ ਜ਼ਮੀਨ ਦਾ ਇੱਕ ਹਿੱਸਾ ਲੈ ਚਾਵਲ ਔਰ ਸਾਗ ਸੁਜਾਵਣਾ ਔਰ ਤੋ ਕੋਈ ਨਾ ਚੀਜ਼ ਕਿਹੜੀ ਚੀਜ਼ ਪਸੰਦ ਹੈ ਫੇਵਰੇਟ ਸੁਆਂਜਣਾ ਪਸੰਦ ਹੈ ਤੇ ਬੜਾਇਆ ਵੀ ਮੈਂ ਉਹ ਦੇਖੋ ਮੈਂ ਹਾਲ ਅੜੀ ਤਾਂ ਜ਼ਖਮੀ ਔਰ ਤੁਸੀਂ ਦੇ ਪਏ ਵਸੇਬ ਟੀਵੀ ਅੱਜ ਮੈਂ ਮੌਜੂਦ ਹਾਂ ਮੁਲਤਾਨ ਟੀ ਹਾਊਸ ਦੇ ਵਿੱਚ ਜਿੱਥੇ ਸਰੈਕੀ ਫੂਡ ਫੈਸਟੀਵਲ ਮਨਾਇਆ ਵੈਂਦਾ ਪਈ ਹੈ ਔਰ ਲੇਕਿਨ ਆਵਾਮ ਦਾ ਮਤਲਬ ਕਿ ਐਸਾ ਹੁੰਦਾ ਹੈ ਰਵੱਈਆ ਕਿ ਜਿਸ ਟਾਈਮ ਨਵਾਂ ਸਾਲ ਆਉਂਦਾ ਹੈ ਔਰ ਲੋਕ ਤਿੱਡੀਆਂ ਫਟਾਕੇ ਬੇਸ਼ੁਮਾਰ ਵਜਾਉਂਦੇ ਨੇ ਲੇਕਿਨ ਸਾਡੇ ਸਰੈਕੀ ਦੇ ਵਿੱਚ ਲੇਕਿਨ ਸਰੈਕੀ ਫੂਡ ਫੈਸਟੀਵਲ ਮਨਾਇਆ ਵੈਂਦਾ ਪਈ ਔਰ ਬੇਸ਼ੁਮਾਰ ਖਾਣੇ ਜਿਵੇਂ ਆਪਾਂ ਆਖਦੇ ਨੇ ਡਾਲੇ ਦਾ ਭੱਤ ਔਰ ਗੋੜ ਵਾਲੇ ਚਾਵਲ ਔਰ ਸਾਗ ਸੁਜਾਵਣਾ ਢੇਰ ਸਾਰੇ ਆਪਣਾ ਖਾਣੇ ਵੀ ਮੌਜੂਦ ਨੇ ਇੱਥੇ ਔਰ ਮੁਖਤਲਿਫ ਕਾਫੀ ਲੋਕ ਆਏ ਹੋਏ ਨੇ ਉਹਨਾਂ ਨਾਲ ਗੱਲ ਕਰੇ ਨੇ ਕਿ ਸਰੈਕੀ ਫੂਡ ਫੈਸਟੀਵਲ ਤੇ ਆ ਕੇ ਤੁਸੀਂ ਆਪਣਾ ਕੀ ਪਸੰਦ ਕੀਤਾ ਔਰ ਤੁਹਾਨੂੰ ਕਿਹੜਾ ਖਾਣਾ ਪਸੰਦ ਹੈ ਔਰ ਤੁਸੀਂ ਕਿਵੇਂ ਤੋਂ ਨਵੇਂ ਸਾਲ ਦੀ ਪਹਿਲੀ ਦਿਹਾੜ ਤੁਸੀਂ ਕਿਵੇਂ ਮਨਾਉਂਦੇ ਹੋ ਮੌਜੂਦ ਹਨ ਮੈਡਮ ਕੋਸਰ ਜਪਾਨੀ ਸਾਹਿਬਾ ਕਿ ਜਿਨ੍ਹਾਂ ਦਾ ਮਸ਼ਹੂਰ ਸੌਂਗ ਠਾਰ ਵੰਨਾ ਤੇਰੇ ਨਾਂ ਤੂੰ ਨਹਿਲਾਂ ਦਾ ਸਾਡੇ ਹਾਂ ਤੂੰ ਔਰ ਇਹਨਾਂ ਕੋਲ ਪੁੱਛਦੇ ਹਾਂ ਸਰੈਕੀ ਫੂਡ ਫੈਸਟੀਵਲ ਤੇ ਆ ਕੇ ਔਰ ਤੁਸੀਂ ਆਪਣਾ ਕੀ ਮਹਿਸੂਸ ਕਰਦੇ ਪਏ ਔਰ ਕੀ ਬੇਸ਼ੁਮਾਰ ਖਾਣੇ ਸਰੈਕੀ ਦੇ ਔਰ ਇਹਨਾਂ ਕੋਲ ਪੁੱਛਦੇ ਹਾਂ ਕਿ ਤੁਹਾਨੂੰ ਕਿਹੜੀ ਸ਼ੈ ਪਸੰਦ ਹੈ ਔਰ ਸਰੈਕੀ ਫੂਡ ਫੈਸਟੀਵਲ ਦੇ ਬਾਰੇ ਕੀ ਆਖਣਾ ਚਾਹਦੇ ਹਨ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਜੀ ਬਹੁਤ ਅੱਛਾ ਲੱਗਾ ਕਿ ਨਵੇਂ ਇੱਕ ਸਾਲ ਦੀ ਨਵਾਂ ਦਿਨ ਔਰ ਸਭ ਲੋਕ ਸਭ ਦੋਸਤ ਇਕੱਠੇ ਨੇ ਇਹ ਖੁਸ਼ੀ ਵਾਸਤੇ ਇੰਜੋਏ ਵਾਸਤੇ ਔਰ ਸਾਡੇ ਸਰੈਕੀ ਕਰਜ਼ਲ ਦੇ ਜਿਹੜੇ ਜ਼ਹੂਰ ਦਰੇਜਾ ਸਾਹਿਬ ਨੇ ਹਮੇਸ਼ਾ ਤੋਂ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਰੇ ਦੋਸਤਾਂ ਨੂੰ ਇਕੱਠਾ ਕਰਾਂ ਸਰੈਕੀ ਕਰਜ਼ਲ ਉਹਨਾਂ ਨੇ ਇੱਕ ਅਜਰਕ ਦਾ ਮਨਾਇਆ ਔਰ ਬਹੁਤ ਖੁਸ਼ੀ ਹੋਈ ਬਹੁਤ ਅੱਛਾ ਲੱਗਿਆ ਮੈਨੂੰ ਆ ਕੇ ਔਰ ਸਭ ਲੋਕ ਰਲ ਕੇ ਜਿਸ ਤਰੀਕੇ ਇੰਜੋਏ ਕਰ ਰਹੇ ਨੇ ਬਹੁਤ ਮੈਡਮ ਜੀ ਬੇਸ਼ੁਮਾਰ ਲੋਕ ਮਤਲਬ ਫੂਟ ਵਾਲੇ ਪਾਸੇ ਬਜਦੇ ਪੈਣ ਲੇਕਿਨ ਦਰੇਜਾ ਸਾਹਿਬ ਨੇ ਬੇਸ਼ੁਮਾਰ ਖਾਣੇ ਸਾਗ ਸੁਜਾਵਣਾ ਔਰ ਗੋੜ ਵਾਲੇ ਚਾਵਲ ਬੇਸ਼ੁਮਾਰ ਕਿਆ ਇਹ ਚੀਜ਼ਾਂ ਅੱਛੀਆਂ ਨਹੀਂ ਆ ਜਿਹੜਾ ਅੱਜ ਕੱਲ੍ਹ ਫੂਡ ਦੇ ਵਿੱਚ ਮਾਮਲੇ 'ਚ ਆਪਣਾ ਮਾਰਕਾ ਬਜਦੇ ਪੈਣ ਜੀ ਮੈਂ ਇਹ ਆਖਣਾ ਚਾਹਾਂ ਜਿਹੜੀ ਹਕੀਕਤ ਹੈ ਹਕੀਕਤ ਨੂੰ ਤਾਂ ਬੰਦਾ ਠੁਕਰਾ ਨਹੀਂ ਸਕਦਾ ਨਾ ਜੋ ਸਾਡੇ ਕਰੇ ਸਰੈਕੀ ਕਰ ਚੱਲਦਾ ਜਾਂ ਜੋ ਖਾਣਾ ਹੈ ਔਰ ਅੱਲਾ ਪਾਕ ਨੇ ਸਾਨੂੰ ਇਹ ਰਹਿਮਤ ਕੀਤੀ ਹੈ ਅਦਾ ਕੀਤੀ ਹੈ ਤਾਂ ਉਹਦਾ ਸਾਡੀ ਕਦਰ ਕਰਨੀ ਚਾਹੀਦੀ ਹੈ ਸਾਨੂੰ ਗੰਡਲਾਂ ਦਾ ਸਾਗ ਅਤੇ ਮੱਖਣ ਮਕਈ ਸੁਆਂਜਣਾ ਔਰ ਗੁੜ ਇਹ ਇੱਕ ਸਾਡੀ ਪਹਿਚਾਣ ਹੈ ਸਾਡੀ ਜ਼ਮੀਨ ਦਾ ਇੱਕ ਹਿੱਸਾ ਹੈ ਸਾਡੇ ਨਾਲ ਮੌਜੂਦ ਹਨ ਸ਼ੁਭਾਜ਼ ਮਲਲ ਸਾਹਿਬ ਟਿਕਟੋਕ ਸਟਾਰ ਵੀ ਹਨ ਯੂਟਿਊਬ 'ਤੇ ਵੀ ਕੰਮ ਕਰਦੇ ਹਨ ਔਰ ਅਸਾਂ ਇਹਨਾਂ ਕੋਲ ਅੱਜ ਪੁੱਛਣਾ ਸਰੈਕੀ ਫੂਡ ਫੈਸਟੀਵਲ 'ਤੇ ਤੁਸੀਂ ਆਏ ਔਰ ਤੁਸੀਂ ਕਿਆ ਚੀਜ਼ ਆਪਣਾ ਢੇਰ ਸਾਰੇ ਖਾਣੇ ਵੀ ਹਨ ਔਰ ਤੁਸੀਂ ਕਿ ਨਵੇਂ ਸਾਲ ਦੀ ਪਹਿਲੀ ਦਿਹਾੜੇ ਕਿਆ ਇੰਜੋਏ ਕਰਦੇ ਪਏ ਹੋ ਜੀ ਬਹੁਤ ਸ਼ੁਕਰੀਆ ਇੱਥਾਂ ਆ ਕੇ ਮੁਲਤਾਨ ਟੀ ਹਾਊਸ ਸਰੈਕੀ ਫੂਡ ਫੈਸਟੀਵਲ ਦੇ ਵਿੱਚ ਆ ਕੇ ਸਾਨੂੰ ਬਹੁਤ ਅੱਛਾ ਲੱਗਦਾ ਪਿਆ ਔਰ ਜਿਵੇਂ ਕਿ ਤੁਹਾਨੂੰ ਪਤਾ ਅੱਜ ਸਾਲ ਦਾ ਪਹਿਲਾ ਨਹੀਂ ਹੈ ਲੋਕ ਛੁਰਲੀਆਂ ਪਟਾਕੇ ਨਾਲ ਆਪਣੇ ਸਾਲ ਦਾ ਆਗਾਜ਼ ਕਰਦੇ ਪੈਣ ਕਿਉਂਕਿ ਅਸਾਂ ਸਰੈਕੀ ਹੈ ਆਪਣੀ ਸਕਾਫਤ ਨੂੰ ਜ਼ਿੰਦਾ ਕਰਦੇ ਹੋਏ ਅਸਾਂ ਦੇਸੀ ਖਾਣੇ ਨਾਲ ਇਸ ਸਾਲ ਦਾ ਆਗਾਜ਼ ਕਰਦੇ ਪਏ ਔਰ ਸਾਡਾ ਪੈਗਾਮ ਇਹ ਹੈ ਕਿ ਜਿਹੜੇ ਦੇਸੀ ਖਾਣੇ ਨੇ ਇਹ ਸਿਹਤ ਵਾਸਤੇ ਸਿਹਤ ਅਫਜ਼ਾ ਵੀ ਹਨ ਔਰ ਬਿਹਤਰੀਨ ਵੀ ਹਨ ਔਰ ਜਿਤਨੀ ਵੀ ਫਾਸਟ ਫੂਡ ਹਨ ਇਹ ਸਿਹਤ ਵਾਸਤੇ ਨੁਕਸਾਨ ਹਨ ਔਰ ਅਸਾਂ ਇਹ ਸਰੈਕੀ ਫੂਡ ਪਕਾ ਕੇ ਸਰੈਕੀ ਖਾਣਿਆਂ ਨਾਲ ਲੋਕਾਂ ਨੂੰ ਦੱਸਦੇ ਪਏ ਹਾਂ ਕਿ ਖੁਦ ਵੀ ਤੁਸੀਂ ਫਾਸਟ ਫੂਡ ਕੋਲ ਬਚਣੇ ਔਰ ਆਪਣੇ ਬਾਲਾਂ ਕੋਲ ਬਚਾਉਣ ਔਰ ਦੇਸੀ ਖਾਣਾ ਅਸਲਾਮ ਅਲੈਕੁਮ ਕੀ ਹਾਲ ਹੈ ਅਸਾਂ ਬਿਲਕੁਲ ਠੀਕ ਹੈ ਜੀ ਸਰੈਕੀ ਫੂਡ ਫੈਸਟੀਵਲ ਅੱਜ ਦਾ ਜਿਹੜਾ ਪ੍ਰੋਗਰਾਮ ਹਾਈ ਪੀ ਉਹਦੇ ਹਵਾਲੇ ਨਾਲ ਤੁਸੀਂ ਕੀ ਆਖਣਾ ਚਾਹੋ ਢੇਰ ਸਾਰੇ ਖਾਣੇ ਵੀ ਹਨ ਸਰੈਕੀ ਅੱਜ ਕਿਉਂਕਿ ਸਾਲ ਦਾ ਪਹਿਲਾ ਡੀ ਵੀ ਹੈ ਅਤੇ ਵਾਲ ਤੁਸੀਂ ਸਾਡੇ 'ਤੇ ਪਵੇ ਕਿ ਇੱਥਾਂ ਜ਼ਹੂਰ ਦਰਜਾ ਸਾਹਿਬ ਜਿਹੜੇ ਮੇਰੇ ਵਾਲਿਦ ਵੀ ਹਨ ਉਹਨਾਂ ਨੇ ਔਰਗਨਾਈਜ਼ ਕੀਤੇ ਇੱਥੇ ਤੱਕ ਮਤਲਬ ਸਰਾਇਕੀ ਦੇ ਜਿੰਨੇ ਵੀ ਖਾਣੇ ਨੇ ਜਿਹੜੀ ਸਕਾਫਤ ਹੈ ਸਾਡੀ ਕੋਲ ਲੋਕ ਭੁੱਲ ਗਏ ਜਿਵੇਂ ਸੁਹਾਜਣਾ ਹੈ ਸਾਗ ਹੈ ਇੱਥੇ ਤੱਕ ਡਾਲੇ ਦਾ ਭੱਤ ਨਜ਼ਰ ਆ ਸੀ ਮਤਲਬ ਕਾਫੀ ਸਾਰੇ ਡਿਸ਼ਿਜ਼ ਹਨ ਜਿਹੜੇ ਕਿ ਇਹ ਮਤਲਬ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਵੀ ਇਹੋ ਆਈ ਕਿ ਜਿਹੜੇ ਸਾਡੀ ਸਕਾਫਤ ਹੈ ਜਿਹੜੇ ਖਾਣੇ ਸਾਕ ਭੁੱਲ ਗਏ ਨੇ ਮਤਲਬ ਉਹ ਇੱਕ ਜਗ੍ਹਾ 'ਤੇ ਸਾਕ ਪੇਸ਼ ਕੀਤੇ ਗਏ ਨੇ ਉਹਦੇ ਤੋਂ ਇਲਾਵਾ ਤੱਕ ਇੱਥੇ ਨਜ਼ਰ ਆ ਸੀ ਕਿ ਇੱਥੇ ਕਾਫੀ ਸਾਰੇ ਸਟਾਲ ਵੀ ਲੱਗੇ ਗਏ ਹਨ ਜਿਸਦੇ ਵਿੱਚ ਮੁਲਤਾਨੀ ਕਢਾਈ ਦੇ ਸੂਟ ਵੀ ਹਨ ਅਤੇ ਮੁਲਤਾਨੀ ਕਾਸ਼ੀਗਰੀ ਵਗੈਰਾ ਵੀ ਤੱਕ ਨਜ਼ਰ ਆਈ ਸੀ ਅਤੇ ਮੁਲਤਾਨ ਮਤਲਬ ਮਿੱਟੀ ਦੇ ਜਿਹੜੇ ਬੜੇ ਬੜੇ ਬਰਤਨ ਸਨ ਉਹ ਵੀ ਤੱਕ ਨਜ਼ਰ ਆ ਸਨ ਅਤੇ ਬਿਲਕੁਲ ਔਰ ਤੋ ਕੋਈ ਨਾ ਆਪਣਾ ਡਾਲੇ ਦਾ ਭੱਤ ਔਰ ਗੋੜ ਵਾਲੇ ਚਾਵਲ ਔਰ ਸਾਗ ਸੁਜਾਵਣਾ ਔਰ ਤੋ ਕੋਈ ਨਾ ਚੀਜ਼ਾਂ 'ਚ ਕਿਹੜੀ ਚੀਜ਼ ਪਸੰਦ ਹੈ ਫੇਵਰੇਟ ਮੈਨੂੰ ਸੁਹਾਜਣਾ ਪਸੰਦ ਹੈ ਅਤੇ ਬੜਾਇਆ ਵੀ ਮੈਂ ਉਹ ਜ਼ਾਹਿਰ ਅਤੇ ਉਹਦੇ ਤਰ੍ਹਾਂ ਬਾਕੀ ਜਿਹੜੇ ਸਾਗ ਹੁੰਦੇ ਜ਼ਾਹਿਰ ਜੀ ਸਾਡੇ ਨਾਲ ਮੌਜੂਦ ਹਨ ਰੋਹਨਾ ਤਵਸਮ ਦੁਰਾਨੀ ਸਾਹਿਬ ਰੇਡੀਓ ਪਾਕਿਸਤਾਨ 'ਤੇ ਵੀ ਆਪਣਾ ਪ੍ਰੋਗਰਾਮ ਵੀ ਕਰਦੇ ਅੱਜ ਅਸਾਂ ਸਰੈਕੀ ਫੂਡ ਫੈਸਟੀਵਲ ਦੇ ਬਾਰੇ ਪੁੱਛਣਾ ਇਹਨਾਂ ਕੋਲੋਂ ਕਿ ਢੇਰ ਸਾਰੇ ਲੋਕ ਮਤਲਬ
ਦੇ ਖਾਣੇ ਖਾ ਖਾ ਕੇ ਥੱਕੇ ਖੜੇ ਨੇ, ਲੇਕਿਨ ਅੱਜ ਇੱਥੇ ਖਾਣੇ ਵੀ ਢੇਰ ਸਾਰੇ ਨੇ, ਲੇਕਿਨ ਇਹਨਾਂ ਦੀ ਪਸੰਦ ਵੀ ਪੁੱਛਣੀ ਔਰ ਸਰੈਕੀ ਫੂਡ ਫੈਸਟੀਵਲ ਦੇ ਬਾਰੇ ਕੀ ਆਖਣਾ ਚਾਹੁੰਦੇ? ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਬਹੁਤ ਸ਼ੁਕਰੀਆ ਆਪਣਾ। ਅੱਲਾ ਦਿੱਤਾ ਜ਼ਖਮੀ ਨਾ ਤੇਰਾ ਭੁੱਲ ਵੇਂਦੇ ਹਮੇਸ਼ਾ। ਅੱਛਾ, ਅੱਲਾ ਦਿੱਤਾ ਜ਼ਖਮੀ ਬਹੁਤ ਅੱਜ ਇੱਥਾਂ ਕੇ ਅਹਿਸਾਸ ਹੈ ਕਿ ਸਾਡਾ ਜਿਹੜੀ ਸਕਾਫਤ ਮਰਦੀ ਵੇਂਦੀ ਹੈ, ਕਲਚਰ ਖਤਮ ਥੀਂਦਾ ਵੇਂਦੇ। ਸਰਾਇਕੀ ਵਸੂੰ ਦੇ ਜਿਹੜੇ ਖਾਣੇ ਹਨ, ਸਾਡੀ ਪਹਿਚਾਣ ਹਨ, ਸਾਡੀ ਸ਼ਨਾਖਤ ਹਨ, ਅਸੀਂ ਇਹਨਾਂ ਕੋਲ ਭੁੱਲ ਚੁੱਕੇ ਸੀ। ਸਾਡੇ ਬਾਲ ਉਹਨੇ ਕੋਲ ਪਤਾ ਕਹਿੰਦੀ ਸੁਹਾਣਾ ਕਿਆ ਹੈ, ਡੋਲੀ ਰੋਟੀ ਕਿਆ ਹੈ, ਸੁਹਾਣਾ ਕਿਆ ਹੈ। ਅੱਛਾ, ਵਲਾ ਉਹਦੇ ਬਾਅਦ ਇਹ ਦਾਲ ਮੁਖਤਲਿਫ ਕਿਸਮ ਦੇ ਦਾਲ, ਗੋੜ ਵਾਲੇ ਚਾਵਲ ਲਾਥੇ ਥਾ, ਖੀਰ ਲਾਥੀਏ, ਸੇਮੇ ਵਾਲੀ ਖੀਰ। ਅੱਛਾ ਵਲਾ ਮੈਂ ਦੇਦੀ ਪਈ ਹਮੀ ਕਾਂਚੀ ਫਲੂਦਾ ਜੇਕੋ ਆਦਨ, ਕਈ ਕੋ ਪਤਾ ਹੀ ਕਹਿੰਦੀ ਕਾਂਚੀ ਹੁੰਦੀ ਕਿਆ ਹੈ। ਅਤੇ ਇਹ ਸਾਰੇ ਜ਼ਹੂਰ ਦਰੀਜਾ ਸਾਹਿਬ ਦੀ ਇੱਕ ਬਹੁਤ ਅੱਛੀ ਕੋਸ਼ਿਸ਼ ਔਰ ਕਾਵਿਸ਼ ਹੈ ਕਿ ਆਪਣੇ ਸਰਾਇਕੀ ਕਲਚਰ ਕੋ ਜ਼ਿੰਦਾ ਕਿਵੇਂ ਰੱਖਣੇ। ਇਹ ਜ਼ਿੰਦਾ ਰੱਖਣ ਦੇ ਕਿਤੇ ਇੱਕ ਬਹੁ ਅਹਿਮ ਕਦਮ ਉਠਾਇਆ ਉਹਨਾਂ ਨੇ, ਔਰ ਮੈਂ ਸਮਝਦੀ ਹਾਂ ਅੱਜ ਪਹਿਲਾ ਦੀ ਨਵੇਂ ਸਾਲ ਦਾ ਨਵਾਂ ਦੀ ਔਰ ਨਵੇਂ ਦੀ ਦੀ ਸ਼ੁਰੂਆਤ ਜਿਹੜੀ ਉਹਨਾਂ ਨੇ ਕੀਤੀ ਹੈ, ਬਹੁਤ ਪੁਰਾਣੀਆਂ ਯਾਦਾਂ ਜੀ ਹਾਂ, ਇਹ ਪੁਰਾਣੀਆਂ ਯਾਦਾਂ ਔਰ ਇੱਕ ਬੜਾ ਕਮਾਲ ਉਹਨਾਂ ਨੇ ਕੋ ਬੜਾ ਔਰ ਬੜਾ ਅੱਛਾ ਲੱਗਾ ਪਿਆ। ਝੁੰਮਰ, ਤਾੜੀ, ਛੰਨਾ, ਬੀਨ, ਬਾਜੇ, ਸਾਰਾ ਸਾਡਾ ਕਲਚਰ। ਇਹਨਾਂ ਢੇਰ ਸਾਰੇ ਖਾਣਿਆਂ ਦੇ ਵਿੱਚੋਂ ਤੁਹਾਨੂੰ ਕਿਹੜੀ ਸ਼ੈ ਪਸੰਦ ਆਈ ਹੈ ਔਰ ਫੇਵਰੇਟ? ਮੈਂ ਸਾਰੇ ਚੀਜ਼ਾਂ ਬੜੇ ਸ਼ੌਕ ਨਾਲ ਖਾਂਦੀ ਹਾਂ। ਸੁਹਾਣਾ ਸਾਗ ਹੋਵੇ ਅਤੇ ਸਾਰਾ ਸਿਆਲਾ ਨਾ ਮੁੱਕੇ ਅਤੇ ਬੰਦਾ ਖਾਂਦਾ ਰਹੇ। ਡੋਲੀ ਰੋਟੀ ਦੀ ਕਿਆ ਬਾਤ ਹੈ, ਗੋੜ ਵਾਲੇ ਚਾਵਲ ਉਤਾ, ਸੁਬਾਨ ਅੱਲਾ, ਹਰ ਸ਼ੈ ਲਾ ਜਵਾਬ ਹੈ, ਹਰ ਸ਼ੈ ਮਨ ਪਸੰਦ ਹੈ। ਬਹੁਤ ਸ਼ੁਕਰੀਆ। ਸਾਡੇ ਨਾਲ ਆਪਣਾ ਸੋਭੀਆ ਮਲਿਕ ਸਾਹਿਬ ਹੈ, ਉਹਨਾਂ ਨਾਲ ਗੱਲ ਕਰੇ ਨੇ ਕਿ ਤੁਸੀਂ ਆਪਣਾ ਸਰੈਕੀ ਫੂਡ ਫੈਸਟੀਵਲ ਦੇ ਬਾਰੇ ਕੀ ਆਖਣਾ ਚਾਹੋ? ਮੈਂ ਸਭ ਤੋਂ ਪਹਿਲੇ ਤਾਂ ਸਾਰਿਆਂ ਕੋ ਉਹਨਾਂ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਆਖਸਾਂ, ਅਤੇ ਨਾਲ ਵਸੇਬ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਸਾਡੇ ਮੌਕੇ 'ਤੇ ਸਾਡੇ ਨਾਲ ਸ਼ਾਮਿਲ ਸਨ। ਔਰ ਇਹ ਜਿਹੜੇ ਸਾਰੇ ਸਰੈਕੀ ਫੂਡ ਫੈਸਟੀਵਲ ਥੀਂਦਾ ਪਏ, ਸਮਝੋ ਇਹ ਤਾਂ ਸਾਡੇ ਬਹੁਤ ਹੀ ਸਮਝੋ ਇੱਕ ਸਕਾਫਤੀ ਸ਼ਈਆਂ ਜਿਵੇਂ ਸਾਗ, ਸੁਹਾਣਾ, ਡੋਲੀ ਰੋਟੀ, ਛੋਲੇ, ਸੇਵੀਆਂ, ਮਾਸ਼ਾਅੱਲਾ ਕਾਫੀ ਸਾਰੇ ਡਿਸ਼ ਹਨ ਜਿਹੜੇ ਸ਼ਾਮਿਲ ਹਨ, ਔਰ ਜਿਹਨਾਂ ਕੋਲ ਦੇਖ ਕੇ ਖਾ ਕੇ ਮਜ਼ਾ ਆਉਂਦਾ ਪਿਆ। ਔਰ ਅਸਾਂ ਇਹ ਚਾਹੁੰਦੇ ਹਾਂ ਕਿ ਪ੍ਰੋਗਰਾਮ ਇੱਥਾਂ ਥੀਂਦੇ ਰਹਿਣ ਅਤੇ ਇਵੇਂ ਝੁੰਮਰਾਂ, ਇਵੇਂ ਮਹਿਫਲਾਂ ਸਜਾ। ਆਪਣੀ ਪਸੰਦ ਦੀ ਆਪਣਾ ਦੱਸੇ ਸੋ, ਤੁਹਾਡੀ ਕਿਹੜੀ ਡਿਸ਼ ਹੈ? ਸੁੰਜਾਣਾ ਸਾਗ, ਗੋੜ ਵਾਲੇ ਚਾਵਲ ਔਰ ਸੀਵੀਆਂ, ਜਿਵੇਂ ਕੋਈ ਇੱਕ ਇੱਕ ਸ਼ਾਇਦ ਦੱਸੇ ਸੋ ਪਸੰਦ। ਸੁਹਾਣਾ ਮੇਰੀ ਪਸੰਦੀਦਾ ਡਿਸ਼ ਹੈ ਭਾਈ।